ਜੀ, ਅਤੇ ਚਾਓ ਸਭ ਨੂੰ, ਤਾਂ ਮੈਂ ਹਾਂ ਆਦਿਲ ਜਮਾਲ, ਤੁਸੀਂ ਦੇਖ ਰਹੇ ਹੋ ABCD ਪੰਜਾਬੀ। ਅਤੇ ਅੱਜ ਅਸੀਂ ਗੱਲ ਕਰਾਂਗੇ, ਇੱਕ ਦੋ ਕਨਫਿਊਜ਼ਨ ਲੋਕਾਂ ਦੇ ਜ਼ਹਿਨ ਚੱਲ ਰਹੀਆਂ, ਠੀਕ ਹੈ, ਜਿਹੜੇ ਕਿ ਦਮਾਂ ਦੇ ਮੇਰੇ ਕੋਲ ਕਾਫੀ ਪੁੱਛੇ ਜਾਂਦੇ ਨੇ, ਅਤੇ ਉਹਨਾਂ ਦੇ ਬਾਰੇ ਮੈਂ ਸੋਚਿਆ ਕਿ ਵੀਡੀਓ ਬਣਾ ਕੇ ਚਾੜ ਦੇਵਾਂ, ਠੀਕ ਹੈ। ਅਤੇ ਪਲੱਸ ਗੱਲ ਕਰਾਂਗੇ ਰੈਜੀਡੈਂਸੀ ਦੇ ਬਾਰੇ, ਵੀ 10 ਸਾਲ ਤੋਂ 9 ਸਾਲ 6 ਮਹੀਨੇ, 9 ਸਾਲ 9 ਮਹੀਨੇ ਰੈਜੀਡੈਂਸਾ ਚੱਲ ਸਕਦਾ ਕਿ ਨਹੀਂ, ਵੀ 9 ਸਾਲ ਦਾ ਰੈਜੀਡੈਂਸਾ ਚੱਲ ਸਕਦਾ ਕਿ ਨਹੀਂ, ਠੀਕ ਹੈ, ਜੇ 10 ਸਾਲ ਮੰਗਦੇ ਨੇ। ਅਤੇ ਦੂਜੀ ਗੱਲ ਅਸੀਂ ਗੱਲ ਕਰਾਂਗੇ ਜਿਹੜੇ ਕਾਨੂੰਨ ਵਗੈਰਾ ਲਾਗੂ ਹੁੰਦੇ ਨੇ ਜਾਂ ਜਿਨ੍ਹਾਂ ਦਾ ਰੌਲਾ ਹੈ, ਵੀ ਗੈਰ ਮੁਲਕੀਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ, ਜਾਂ ਇਹਨਾਂ ਨੂੰ ਬਾਹਰ ਕੱਢਣਾ, ਡਿਪੋਰਟ ਕਰਨਾ, ਇਹਨਾਂ ਚੀਜ਼ ਦੇ ਬਾਰੇ, ਔਰ ਇਮੀਗ੍ਰੇਸ਼ਨ ਦੇ ਬਾਰੇ, ਠੀਕ ਹੈ ਜੀ। ਅਤੇ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਰੈਜੀਡੈਂਸਾ ਦੇ 10 ਸਾਲ ਦਾ, ਠੀਕ ਹੈ ਜੀ। ਅਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤੇ ਗਏ ਹੋਣਗੇ, ਅਤੇ ਉਹਨਾਂ ਲਿੰਕ ਨੂੰ ਫੋਲੋ ਕਰਕੇ ਕਰ ਸਕਦੇ ਹੋ। ਵੀ ਜੇ ਕੋਈ ਉਹਨਾਂ ਲਿੰਕ ਵਿੱਚ ਵੀ ਤੁਸੀਂ, ਜੇ ਤੁਹਾਡੇ ਲਈ ਇੱਕ ਹੈਲਪਫੁਲ ਚੀਜ਼ ਹੈ ਤਾਂ ਉਹਨਾਂ ਵਿੱਚ ਦੇਖ ਕੇ ਤਾਂ ਤੁਸੀਂ ਫਾਇਦਾ ਉਠਾ ਸਕਦੇ ਹੋ, ਠੀਕ ਹੈ। ਵੀ ਤੁਹਾਨੂੰ ਮੇਰਾ ਚੈਨਲ ਸਾਰਾ ਢੂੰਢਣ ਦੀ ਲੋੜ ਨਹੀਂ ਪੈਣ ਲੱਗੀ, ਜਿਹੜੇ ਖਾਸ ਖਾਸ ਨੇ ਮੈਂ ਉੱਥੇ ਰੱਖੇ ਹੋਣਗੇ, ਉਹਨਾਂ ਲਿੰਕ ਹਰ ਵੀਡੀਓ ਡਿਸਕ੍ਰਿਪਸ਼ਨ ਵਿੱਚ ਤਕਰੀਬਨ ਮਿਲ ਜਾਂਦੇ ਨੇ। ਅਗਰ ਅੱਧੀ ਸਿੱਧੀ ਚੰਦ ਦੀ ਰੈਜੀਡੈਂਸ ਆ, ਜਿਹੜਾ 10 ਸਾਲ ਦਾ ਰੈਜੀਡੈਂਸ, ਦੇਖੋ ਜੀ, ਇੱਕ ਚੇਤਨਾ ਜਦ ਗੱਲ ਕਰਾਂਗੇ ਅਸੀਂ ਜਿਹੜਾ 10 ਸਾਲ ਦਾ ਰੈਜੀਡੈਂਸ ਹੈ, ਔਰ ਦੂਸਰੀ ਗੱਲ ਕਰਾਂਗੇ ਅਸੀਂ ਕਿ ਜਿਨ੍ਹਾਂ ਦੇ ਪਾਸਪੋਰਟ ਅਪਲਾਈ ਹੋਏ ਨੇ, ਜਿਨ੍ਹਾਂ ਨੂੰ ਜਿਨ੍ਹਾਂ ਦਾ ਤੀਸਰਾ ਚੌਥਾ ਫਾਸ ਵਗੈਰਾ ਚੱਲ ਰਿਹਾ, ਠੀਕ ਹੈ, ਅਤੇ ਜਿਨ੍ਹਾਂ ਦਾ ਪਾਸਪੋਰਟ ਅਪਲਾਈ ਹੋ ਚੁੱਕੇ ਨੇ ਨਾ, ਉਹਨਾਂ ਨੂੰ ਕੋਈ ਹੋਰ ਚੀਜ਼ ਰਿਕੁਆਇਰ ਨਹੀਂ ਹੈ। ਮਾਸ ਵਾਈ ਉਹਨਾਂ ਦੀ ਚੇਂਜਿੰਗ ਆਵੇਗੀ ਕਿ ਉਹਨਾਂ 2 ਸਾਲ ਤੋਂ 4 ਸਾਲ ਜੇ ਜਦ ਕਾਨੂੰਨ ਲਾਗੂ ਹੋਣਾ, ਤਾਂ ਅਜੇ ਫਿਲਹਾਲ ਵੀ ਲੋਕਾਂ ਨੂੰ ਪਾਸਪੋਰਟ ਮਿਲ ਰਹੇ ਨੇ, ਠੀਕ ਹੈ, 2-2.5 ਸਾਲ ਬਾਅਦ ਵੀ ਮਿਲ ਰਹੇ ਨੇ, ਠੀਕ ਹੈ। ਅਤੇ ਜਦ ਉਹ ਕਾਨੂੰਨ ਲਾਗੂ ਹੋ ਜਾਏਗਾ, ਫਿਰ ਕੀ ਕਰਨਗੇ, ਤੁਹਾਡਾ ਪੀਰੀਅਡ ਜਿਹੜਾ ਲੰਬਾ ਕਰ ਦੇਣਗੇ, ਠੀਕ ਹੈ, 2 ਸਾਲ ਤੋਂ 4 ਸਾਲ ਕਰ ਦੇਣਗੇ। ਅਤੇ ਉਹਦੇ ਵਿੱਚ ਅਜੇ ਉਹ ਲਾਗੂ ਨਹੀਂ ਹੋਇਆ ਅਜੇ, ਯਾਨੀ ਕਿ ਜਿਵੇਂ ਪਹਿਲੇ ਸਿਸਟਮ ਨਿਜ਼ਾਮ ਚੱਲ ਰਿਹਾ ਸੀ ਨਾ, ਉਵੇਂ ਹੀ ਚੱਲ ਰਿਹਾ, ਠੀਕ ਹੈ। ਚਾਹੇ ਕੋਈ ਪਰਮਿਸ਼ਨ ਸ਼ਿਓਰ ਨੂੰ ਅਪਲਾਈ ਕਰਦਾ ਵਾ, ਉਹਦਾ ਵੀ ਪਹਿਲੇ ਨਿਜ਼ਾਮ ਚੱਲ ਰਿਹਾ, ਕੋਈ ਮੁਸ਼ਕਲਾਂ ਜੇ ਪੈਦਾ ਨਹੀਂ ਹੋਈਆਂ, ਸਾਰੇ ਨਿਜ਼ਾਮ ਫਿਲਹਾਲ ਚੱਲ ਰਹੇ ਨੇ ਉਸ ਤਰ੍ਹਾਂ ਹੀ, ਠੀਕ ਹੈ। ਲੇਕਿਨ ਕਾਨੂੰਨ ਪਾਸ ਹੋ ਰਿਹਾ, ਇਹ ਅਪਲਾਈ ਕਰ ਦਿੱਤਾ ਗਿਆ, ਕਿਸ ਕਿੰਨਾ ਟਾਈਮ ਲੱਗਦਾ, ਕਦ ਪਾਸ ਹੋ ਕੇ ਆਉਂਦਾ, ਜਦ ਵੀ ਆਵੇਗਾ ਮੈਂ ਵੀਡੀਓ ਅਪਲੋਡ ਕਰ ਦਾਂਗਾ, ਠੀਕ ਹੈ। ਅਤੇ ਗੱਲ ਰਿਹਾ ਕਿ ਰੈਜੀਡੈਂਸੀ 10 ਸਾਲ ਦੀ, ਵੀ ਕਹਿੰਦੇ ਨੇ ਬੰਦੇ ਨਹੀਂ ਯਾਰ 2-3 ਮਹੀਨੇ ਕੱਟ ਹੋਵੇ, ਅਤੇ ਬੰਦਾ ਨਾਲ ਕੋਈ ਹੋਰ ਚੀਜ਼ਾਂ ਦੇਵੇ, ਅਤੇ ਉਹਦੇ ਨਾਲ ਕਹਿੰਦੇ ਨੇ ਕਿ ਕੋਈ ਪਰੂਫ ਦੇਵੇ ਡਾਕਟਰੀ ਦਾ, ਕੋਈ ਇੱਦਾਂ ਦਾ ਚੀਜ਼ ਦੇਵੇ, ਤਾਂ 6 ਮਹੀਨੇ ਦਾ, ਸਾਲ ਦਾ, ਜੇ ਉਹ ਫਰਕ ਹੋਵੇ ਤਾਂ ਕੱਢ ਦਿੰਦੇ ਨੇ। ਦੇਖੋ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਵੀ ਜਿਹੜਾ ਕਾਨੂੰਨ ਹੈ ਨਾ ਇੱਕ, ਉਹ ਤੁਹਾਡੇ ਸਾਹਮਣੇ ਮੈਂ ਦਿੱਚਿਆ ਨਹੀਂ, ਰੈਜੀਡੈਂਸ ਵਾਲੇ ਲੇਗਾਲੇ ਪਰਲ ਚਿਤਾਨੇ ਵੀ, ਜੇ ਇਹ ਕਾਨੂੰਨ ਹੈ, ਠੀਕ ਹੈ। ਕਾਨੂੰਨ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜਦ 10 ਸਾਲ ਦਾ ਰੈਜੀਡੈਂਸ ਆ, ਤਾਂ ਉਹਦੇ ਵਿੱਚ ਤਰਮੀਮ ਦੀ ਤਾਂ ਸੋਚੋ ਵੀ ਨਾ ਹੈ, ਵੀ ਕਿ ਜਿਹੜਾ ਬੰਦਾ ਕਹਿੰਦਾ ਨਾ ਕਿ ਯਾਰ ਨਹੀਂ, ਤੁਸੀਂ 9 ਮਹੀਨੇ ਦਾ ਲੈ ਜਾਓ, ਨਾਲ ਤੁਸੀਂ ਆਪਣੀ ਇੱਕ ਡਾਕਟਰੀ ਰਿਪੋਰਟ ਲੈ ਜਾਓ, ਤੁਹਾਡੇ ਲੱਕ ਕੀ ਦਰਦ ਸੀ, ਤੁਹਾਡੇ ਗੋਡੇ ਦਰਦ ਸੀ, ਤੁਹਾਡਾ ਫਲਾਂ ਸੀ, ਧਮਕਾਂ ਸੀ, ਨਹੀਂ ਜਾਂ ਫਿਰ ਕਹਿੰਦੇ, ਕੁਝ ਕਹਿੰਦੇ ਨਹੀਂ ਯਾਰ ਤੁਸੀਂ ਬੂਸਤਾ ਪਾਗਾ ਲੈ ਜਾਓ। ਜਦੋਂ ਬੂਸਤੇ ਪਾ ਗਏ, ਫਿਰ ਬੂਸਤੇ ਮੰਗੇ ਕਿਉਂ ਨਹੀਂ ਮੰਗ ਲੈਂਦੇ, ਇੱਥੇ ਬੂਸਤੇ ਪਾਗਾ ਨਹੀਂ ਲਿਖਿਆ ਹੁੰਦਾ, ਬੂਸਤਾ ਪਾਗਾ, ਚਲੋ 10 ਸਾਲ ਦੇ ਬੂਸਤੇ ਪਾਗੇ ਲੈ ਕੇ ਆਓ। ਉਹਨਾਂ ਨੇ 10 ਸਾਲ ਦਾ ਰੈਜੀਡੈਂਸ ਰੱਖੀ ਹੈ ਕਿਉਂਕਿ ਇਹ ਹੀ ਰਿਕੁਆਇਰਮੈਂਟ ਹੈ, ਠੀਕ ਹੈ, ਇੱਕ ਚੀਜ਼ ਲਈ ਜਿਹੜੀ ਚੀਜ਼ ਹੈ। ਇਹ ਤਾਂ ਨਾ ਕਹਿ ਸਕਦੇ ਹਾਂ ਯਾਰ ਤੁਸੀਂ, ਫਿਰ ਬੰਦੇ ਬੱਸ ਤਾਂ ਕਾਰਡ ਨਾ ਬਣਵਾ ਲਓ, ਸਭ ਤੋਂ ਸਸਤਾ ਔਰ ਈਜ਼ੀ ਵੀ। ਹਾਂ ਵੀ ਮੈਂ ਪ੍ਰੂਫ ਦਿੰਦਾ ਪਿਆ, ਮੈਂ 10 ਸਾਲ ਇਟਲੀ ਦੀ ਬੱਸਾਂ ਵਿੱਚ ਘੁੰਮਦਾ ਪਿਆ, ਅਤੇ 10 ਸਾਲ ਤੋਂ ਮੇਰਾ ਕਾਰਡ ਬਣ ਕੇ ਆਉਂਦਾ ਪਿਆ ਬੱਸ ਦਾ। ਇੱਦਾਂ ਦੀ ਕੋਈ ਗੱਲ ਨਹੀਂ ਹੈ, ਵੀ ਸਾਡੇ ਬੰਦੇ ਕੀ ਹੁੰਦੇ ਨੇ, ਸਾਡੇ ਬੰਦਿਆਂ ਵਿੱਚ ਇੱਕ ਆਦਤ ਹੈ ਕਿ ਇਹ ਸਾਡੇ ਬੰਦਿਆਂ ਨੂੰ ਜਿਹੜਾ ਸੱਚ ਜਿਹੜਾ ਨਾ, ਸਹੀ ਗੱਲ ਹੋਵੇ, ਉਹ ਘੱਟ ਅਟਰੈਕਟ ਕਰਦੀ ਹੈ, ਠੀਕ ਹੈ। ਅਤੇ ਅਟੈਂਸ਼ਨ ਸੀਕਰ ਜਿਹੜੇ ਹੁੰਦੇ ਨੇ ਬੰਦੇ ਸਾਡੇ, ਉਹ ਇੱਕ ਅੱਧਾ ਝੂਠ ਨਾਲ ਬੋਲਦੇ ਰਹਿੰਦੇ ਨੇ, 2 ਗੱਲਾਂ ਠੀਕ ਕਰ ਦਿੱਤੀਆਂ, ਝੂਠ ਮਾਰ ਛੜਿਆ, ਕਿ ਹਾਂ ਸਾਡੀ ਗੱਲ ਵੱਖਰੀ ਰਹੇ ਔਰ ਚੱਲਦੀ ਰਹੇ, ਠੀਕ ਹੈ ਜੀ। ਕਿਉਂਕਿ ਪਿੱਛੇ ਜੇ ਇੱਕ ਬੰਦਾ ਸੀ, ਨੋਰਮਲੀ ਹੁੰਦਾ ਸਿੱਤੇ ਤਰ੍ਹਾਂ ਦਾ ਦਿਮਾਗ ਦਾ, ਉਹਨੇ ਕੀ ਕੀਤਾ, ਉਹਨੇ ਇੱਕ ਬੰਦੇ ਸਾਥ ਸ਼ਰੀਫ ਬੰਦੇ ਨੂੰ, ਮੇਰੇ ਵਰਗੇ ਸ਼ਰੀਫ ਬੰਦੇ ਨੂੰ ਕਹਿੰਦਾ ਕਿ ਸਿੱਤੇ ਬਹਿੰਤੀ, ਉਹ ਤੋਂ ਦਿਮਾਗ ਆਇਆ, ਉਹਦੇ ਜ਼ਿਆਦਾ ਪੈਸੇ ਆਉਂਦੇ ਆ। ਉਸ ਬੰਦੇ ਨੇ, ਉਸ ਬੰਦੇ ਦਾ ਸਾਰਾ ਰੌਲਾ ਪੈ ਗਿਆ, ਠੀਕ ਹੈ। ਅਤੇ ਸਾਡੇ ਲੋਕ ਜਿਹੜੇ ਨੇ, ਛੋਟਾ ਮੋਟਾ ਝੂਠ ਜਿਹੜਾ ਵੱਖਰਾ ਕਰਕੇ ਢੰਗ ਨਾਲ ਬੋਲ ਦਿੰਦੇ ਨੇ, ਜਿਹਦੇ ਵਿੱਚ ਅਟੈਂਸ਼ਨ ਸੀਕਰ ਹੁੰਦੇ ਨੇ, ਜਿਹਦੇ ਵਿੱਚ ਲੋਕ ਜ਼ਿਆਦਾ ਉਹਨਾਂ ਨਾਲ ਧਿਆਨ ਕਰਦੇ ਨੇ, ਉਹ ਪੁੱਛਗਿੱਛ ਜ਼ਿਆਦਾ ਹੁੰਦੀ ਹੈ, ਠੀਕ ਹੈ। ਲੇਕਿਨ ਇਹਦੇ ਵਿੱਚ ਕੋਈ ਹਕੀਕਤ ਨਹੀਂ ਹੈ, ਸਾਨੂੰ ਸਾਹਮਣੇ ਨਜ਼ਰ ਆ ਰਿਹਾ ਜਿਹੜੇ ਕਾਨੂੰਨ ਹੁੰਦਾ ਨਾ, ਉਹਦੇ ਤਹਿਤ 10 ਸਾਲ ਦਾ ਰੈਜੀਡੈਂਸਾ ਚਾਹੀਦਾ, ਠੀਕ ਹੈ।
ਪਹਿਲੀ ਗੱਲ ਸਾਡੀ ਕਲੀਅਰ ਹੋਵੇ ਕਿ 10 ਸਾਲ ਦਾ ਰੈਜ਼ੀਡੈਂਸ ਚਾਹੀਦਾ ਹੈ। ਬਾਕੀ ਹੁਣ ਕਿਸੇ ਦਾ ਹੋ ਗਿਆ ਕੋਈ ਵੱਡੀ ਗੱਲ ਨਹੀਂ, ਕਿਉਂਕਿ ਕੋਈ ਬੰਦੇ ਹੁੰਦੇ ਨੇ, ਅਸੀਂ ਦੇਖਿਆ ਵੇ ਕੋਈ ਬੰਦੇ ਹੁੰਦੇ ਨੇ ਜਿਨ੍ਹਾਂ ਨੇ 2 ਸਾਲ ਦੀ ਫਿਰਮੇ ਸਿਓਰ ਨੂੰ ਅਪਲਾਈ ਕੀਤੀ ਹੈ, ਲੇਕਿਨ ਉਹਨੂੰ 5 ਸਾਲ ਦੀ ਮਿਲ ਗਈ ਹੈ, ਕੋਈ ਵੱਡੀ ਗੱਲ ਨਹੀਂ। ਅੱਗੇ ਵੀ ਸਿਸਟਮ ਹੈ, ਉੱਤੇ ਥੱਲੇ ਹੋ ਜਾਂਦੇ, ਕੋਈ ਗੱਲਬਾਤ ਹੋ ਜਾਂਦੀ, ਕੋਈ ਵੱਡੀ ਗੱਲ ਨਹੀਂ। ਕਈ ਪ੍ਰਵਿੰਚੇ ਇਸ ਤਰ੍ਹਾਂ ਦੇ ਨੇ, ਕਮੂਨ ਇਸ ਤਰ੍ਹਾਂ ਦੇ ਨੇ, ਪ੍ਰਵਿੰਚੇ ਇਸ ਤਰ੍ਹਾਂ ਦੇ ਨੇ ਜਿੱਥੇ ਕਿ ਪਰਮੇਸ਼ੁਰ ਸਿਜੋਰ ਨੂੰ ਕਹਿੰਦੇ ਨੇ ਕਰਤਾ ਤੁਹਾਨੂੰ ਤਾਂ ਦਿਆਂਗੇ ਜੇ 5 ਸਾਲ ਦਾ ਰੈਜ਼ੀਡੈਂਸ ਪੂਰਾ ਹੋਵੇ। ਲੇਕਿਨ ਨੋਰਮਲੀ 5 ਸਾਲ ਦਾ ਕਿਤੇ ਵੀ ਰੈਜ਼ੀਡੈਂਸ ਨਹੀਂ ਪੁੱਛਦੇ, ਕਿਉਂਕਿ ਹੁਣ ਅੱਗੇ ਜਿਹੜਾ ਬੰਦਾ ਬੈਠੇ ਉਹਦੇ 'ਤੇ ਡਿਪੈਂਡ ਕਰਦਾ, ਠੀਕ ਹੈ। ਅਤੇ ਕਈਆਂ ਥਾਵਾਂ 'ਤੇ ਉਹ ਸਪੀਤੀ ਵੀ ਨਾ ਦਿਓ ਨਾਲ, ਤਾਂ ਫਿਰ ਵੀ ਤੁਹਾਡੀ ਪਰਮੇਸ਼ੁਰ ਸਿਜੋਰ ਨੂੰ ਪ੍ਰੰਤੋ ਕਰ ਦਿੰਦੇ ਨੇ, ਜਿੱਥੇ ਪੁੱਛ ਕਈਆਂ ਥਾਵਾਂ 'ਤੇ ਪੁੱਛ ਲੈਂਦੇ ਨੇ, ਠੀਕ ਹੈ। ਜੇ ਕਿਸੇ ਨਾਲ ਬਾਏ ਚਾਂਸ ਹੋ ਜਾਂਦਾ, ਉਹਦਾ ਇਹ ਨਹੀਂ ਮਤਲਬ ਹੈ ਵੀ ਉਹ ਕਾਨੂੰਨ ਇਸ ਤਰ੍ਹਾਂ ਦੇਵੇ। ਅਤੇ ਉਹ ਦੂਸਰੀ ਗੱਲ, ਜੇ ਬੰਦਾ ਕੋਈ ਸੋਚੇ ਹਾਂ ਯਾਰ ਫਲਾਂ ਬੰਦਾ ਗਿਆ ਔਰ ਪੁੱਛ ਕੇ ਆਇਆ, ਉਹਨਾਂ ਨਾਲ ਬਹਿ ਕੇ ਯਾਰ ਪਰਫਤੂਰੀ ਵਾਲੇ ਕਿਹਦੇ ਨਾਲ ਗੱਲਬਾਤ ਕਰਦੇ ਨੇ, ਤੁਹਾਨੂੰ ਕਿੱਥੇ ਬਹਾ ਕੇ ਚਾਹ ਪਾਣੀ ਪਿਲਾਉਂਦੇ ਨੇ ਜਾਂ ਕੋਲ ਬਿਠਾਉਂਦੇ ਨੇ ਤੁਹਾਨੂੰ ਇੱਦਾਂ ਡਿਸਕਸ ਕਰਨ। ਪਰਫਤੂਰੇ ਕਾਨੂੰਨ ਨਹੀਂ ਬਣਾਉਂਦੇ, ਪਰਫਤੂਰੇ ਵਾਲੇ ਕਾਨੂੰਨ ਫੋਲੋ ਕਰਦੇ ਨੇ। ਕਾਨੂੰਨ ਹੈ 10 ਸਾਲ ਦਾ ਰੈਜ਼ੀਡੈਂਸ ਆ, ਜਿਹਦੇ ਵਿੱਚ ਅਸੀਂ ਪੜ੍ਹਾਂਗੇ ਥੱਲੇ ਮਜ਼ੀਦ। ਦਮਾਂਦਾ ਦੀ ਜਿਤਨ ਨਾਂਜ਼ਾ ਕੌਮੇ ਫੰਕਸ਼ਨਾਂ ਲਾ ਰੈਜ਼ੀਡੈਂਸ ਆ ਦੀ ਚਨਾ ਵਾਲੇ ਦਮਾਂਦਾ ਜਿਸ ਟਾਈਮ ਤੁਸੀਂ ਜਿਹਦਾ ਨਾਂਜ਼ਾ ਕਰਨਾ, ਕੌਮੇ ਫੰਕਸ਼ਨ ਕਿਵੇਂ ਕੰਮ ਕਰਦਾ, ਫੰਕਸ਼ਨ ਕਰਦਾ ਰੈਜ਼ੀਡੈਂਸ ਜਿਹੜਾ ਵੇ ਦੀ ਚਨਾ 10 ਸਾਲ ਵਾਲਾ, ਠੀਕ ਹੈ। ਕਹਿੰਦੇ ਪਰ ਲਾਚੀਤਾ ਦੀ ਨਾਂਜ਼ਾ ਸਰਵੇ ਦੀ ਚਿਆਨ ਰੈਜ਼ੀਡੈਂਸ ਆ। ਹੁਣ ਜਦ ਕਹਿੰਦੇ ਨੇ ਵੇ ਚਿੱਤੇ ਨਾਂਜ਼ਾ ਲਈ ਚਾਹੀਦੇ 10 ਸਾਲ ਦਾ ਰੈਜ਼ੀਡੈਂਸ ਆ, ਠੀਕ ਹੈ। ਉਹਨਾਂ ਦਾ ਕਹਿਣ ਦਾ ਮਕਸਦ ਕੀ ਹੈ, 10 ਸਾਲ ਦਾ ਚਾਹੀਦਾ ਫਿਰ 10 ਸਾਲ ਦਾ ਹੀ ਹੋਣਾ ਚਾਹੀਦਾ। ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਇੱਕ ਕਮੂਨੇ ਦਾ ਹੋਵੇ, ਵੀ ਇੱਕ ਸ਼ਹਿਰ ਵਿੱਚ ਹੀ ਤੁਸੀਂ ਰਹੇ ਹੋ, ਭਾਵੇਂ ਤੁਸੀਂ ਸਾਰੇ ਇਟਲੀ ਘੁੰਮੋਗੇ, ਠੀਕ ਹੈ। ਲੇਕਿਨ ਤੁਸੀਂ ਜਦ ਓਫੀਸ਼ੀਅਲ ਡੈਮੋਗ੍ਰਾਫੀ ਜਾਓਗੇ ਨਾ, ਜਾਂ ਤੁਸੀਂ ਕਮੂਨੇ ਆਪਣੇ ਜਾਓਗੇ ਨਾ, ਜਾ ਕੇ ਉਹਨਾਂ ਨੂੰ ਕਢਾਓਗੇ ਹਾਂ ਵੀ ਮੇਰਾ ਕਿੰਨਾ ਬਣਦਾ ਸਾਰ ਸਾਹਿਬ ਦਾ, ਉਹ ਤੁਹਾਡਾ ਆਪਣੇ ਕਮੂਨੇ ਦਾ ਕੱਢ ਕੇ ਦੇਣਗੇ, ਪਿਛਲਾ ਕਮੂਨੇ ਦਾ। ਫੋਰ ਐਗਜ਼ਾਮਪਲ, ਇੱਕ ਬੰਦਾ ਫੌਜ 2 ਸਾਲ ਰਹਿ ਕੇ ਆਇਆ, ਮਿਲਾਨ 2 ਸਾਲ ਰਹਿ ਕੇ ਆਇਆ, 4 ਸਾਲ ਤੋਰੀਨੋ ਰਿਹਾ, ਫਿਰ 2 ਸਾਲ ਰਿਹਾ ਉਹ ਕਿਸੇ ਹੋਰ ਥਾਂ 'ਤੇ, ਵੈਨੇਜ਼ੀਆ ਰਿਹਾ, ਉਹ ਦੱਸਣਗੇ ਕਿ ਬੰਦੇ ਨੇ 2 ਸਾਲ ਫਲਾਂ ਇਹ ਪੀਰੀਅਡ 2006 ਤੋਂ 2008 ਤੱਕ ਇੱਥੇ ਇਹ ਪੀਰੀਅਡ ਇਸ ਫੌਜੇ ਰਿਹਾ, 2008 ਤੋਂ 2010 ਇਸ ਪੀਰੀਅਡ ਦੇ ਦੌਰਾਨ ਇਹ ਬੰਦਾ ਨਾਪੋਲੀ ਰਿਹਾ, ਮਿਲਾਨ ਰਿਹਾ, ਉਹ ਸਾਰਾ ਪੀਰੀਅਡ ਜਿਹੜਾ ਨਾ, ਜਿੱਥੇ ਜਿੱਥੇ ਜਿੰਨਾ ਜਿੰਨਾ ਰੈਜ਼ੀਡੈਂਸ ਹੋਵੇਗਾ ਬੰਦੇ ਦਾ, ਉਹ ਸਾਰਾ ਉਹਨੂੰ ਸ਼ੋ ਕਰਾਉਣਗੇ ਔਰ ਦੱਸਣਗੇ, ਠੀਕ ਹੈ। ਜੇ ਪਹਿਲੇ ਵੀ ਦੱਸ ਚੁੱਕਿਆ ਮੈਂ ਕਿ ਜੇ ਕਿਸੇ ਦਾ ਹੋ ਜਾਂਦਾ ਤਾਂ ਵਧੀਆ ਚੀਜ਼ ਹੈ, ਵੈਲ ਐਂਡ ਗੁੱਡ ਹੈ, ਠੀਕ ਹੈ, ਵਧੀਆ ਚੀਜ਼ ਹੈ, ਹੋਣਾ ਚਾਹੀਦਾ। ਮੈਂ ਵੀ ਚਾਹੁੰਦਾ ਕਿ ਯਾਰ 10 ਸਾਲ ਦਾ ਨਹੀਂ 3 ਸਾਲ ਦਾ ਰੈਜ਼ੀਡੈਂਸ ਹੋਵੇ, ਫਿਰ ਪਾਸਪੋਰਟ ਅਪਲਾਈ ਕਰ ਲਵੋ, ਚਾਹੁੰਦੇ ਸਾਰੇ ਇਸ ਤਰ੍ਹਾਂ ਹੀ ਹੈ, ਠੀਕ ਹੈ। ਲੇਕਿਨ ਜੇ ਕੋਈ ਕਹਿੰਦਾ ਨਹੀਂ ਯਾਰ ਇੱਦਾਂ ਹੋ ਜਾਂਦਾ ਕਾਨੂੰਨ ਹੈ ਕਿ ਇੱਦਾਂ ਚੇਂਜ ਕਰ ਲਓ ਚੀਜ਼, ਨਹੀਂ ਇਹ ਗਲਤ ਹੈ, ਠੀਕ ਹੈ। ਕਿ ਜਿਹੜੀ ਚੀਜ਼ ਰਿਕੁਆਇਰਡ ਹੈ ਕਾਨੂੰਨ ਦੇ ਤਹਿਤ, ਤੁਸੀਂ ਉਹ, ਮੈਂ ਸਲਾਹ ਦਿਆਂ ਕਿ ਜਿਹੜੀ ਚੀਜ਼ ਰਿਕੁਆਇਰਡ ਹੈ ਉਹ ਅਪਲਾਈ ਕਰੋ। ਕਿਉਂਕਿ ਜੇ ਇੱਦਾਂ ਦੇ ਤੁਸੀਂ ਕਿਸੇ ਬੰਦੇ ਦੀ ਗੱਲ ਸੁਣ ਕੇ ਤੁਸੀਂ ਅਪਲਾਈ ਕਰ ਦਿੰਦੇ ਹੋ, ਤੁਹਾਡੇ ਜਿਹੜੇ 250 ਯੂਰੋ ਦੀ ਬੋਲਤੀ ਨਹੀਂ ਜਿਹੜੀ ਹੈ, ਜੇ ਜਦ ਤੁਸੀਂ 9 ਸਾਲ 6 ਮਹੀਨੇ ਉਡੀਕ ਲਿਆ, 9 ਸਾਲ 9 ਮਹੀਨੇ ਉਡੀਕ ਲਿਆ, 3 ਮਹੀਨੇ ਹੋਰ ਉਡੀਕ ਲਓ, ਠੀਕ ਹੈ। ਅਤੇ 3 ਮਹੀਨੇ ਤੋਂ ਬਾਅਦ ਅਪਲਾਈ ਕਰ ਦਿਓ, ਕਿ ਤੁਹਾਡੀ ਜਿਹੜੇ ਨੇ 1 ਮਾਰਕਰ ਦੀ ਬੋਲੋ ਖਰਾਬ ਹੋ ਜਾਏਗੀ ਜਿਹੜੀ ਤੁਸੀਂ 16 ਯੂਰੋ ਦੀ ਪੇ ਕੀਤੀ ਹੈ, ਠੀਕ ਹੈ। ਜੇ ਕੁਦਰਤ ਤੁਸੀਂ ਯੂਜ਼ ਕਰ ਲਓ, ਯੂਜ਼ ਕਰ ਸਕਦੇ ਹੋ, ਠੀਕ ਹੈ, ਕਿਉਂਕਿ ਉਹ ਤੁਹਾਡੇ ਕੋਲ ਹੋਣੀ ਹੈ। ਜੇ ਤੁਸੀਂ ਡਾਕੂਮੈਂਟ ਦੇ ਆਉਣੇ ਤਾਂ ਫਿਰ ਤਾਂ ਗਈ ਨਹੀਂ ਹੋਵੀ। ਫਿਰ ਜਿਹੜੀ 250, ਪਹਿਲੇ 200 ਦੀ ਕੰਟਰੀਬਿਊਤੀ ਸੀ, ਹੁਣ 250 ਦੀ ਕੰਟਰੀਬਿਊਤੀ ਹੈ, ਠੀਕ ਹੈ। ਜਿਹੜੀ 250 ਯੂਰੋ ਦੀ ਕੰਟਰੀਬਿਊਤੀ ਤੁਸੀਂ ਪੇ ਕਰਨੀ ਹੈ ਪੋਸਟ ਦੇ ਵਿੱਚ, ਉਹ ਤੁਹਾਡੀ ਜ਼ਾਇਆ ਹੋ ਜਾਏਗੀ, ਠੀਕ ਹੈ। ਔਰ ਪਲੱਸ ਤੁਹਾਡਾ ਟਾਈਮ ਵੇਸਟ ਹੋਵੇਗਾ ਅਪਲਾਈ ਕਰਨ ਵਿੱਚ, ਇਹ ਚੀਜ਼ਾਂ ਕਰਨ ਵਿੱਚ, ਜੇ ਤੁਸੀਂ ਗਲਤ ਤਰੀਕੇ ਨਾਲ ਕਰੋਗੇ। ਅਤੇ ਸਬਰ ਕਰੋ, 2-4 ਮਹੀਨੇ 6 ਮਹੀਨੇ ਨਾਲ ਸਾਲ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਵੀ, ਠੀਕ ਹੈ। ਅਤੇ ਜੇ ਪਹਿਲੇ ਵੀ ਤੁਹਾਨੂੰ ਦੱਸਿਆ, ਜੇ ਇਸ ਤਰ੍ਹਾਂ ਹੀ ਹੁੰਦਾ ਤਾਂ ਬੜਾ ਸੌਖਾ ਹੋ ਜਾਣਾ ਸੀ, ਸਾਡੇ ਬੰਦੇ ਨੇ ਘਰ ਹੀ ਸਾਰੇ ਸਬੂਤ ਬਣਾ ਲੈਣੇ ਸੀ। ਇਸ ਕਰਕੇ 10 ਸਾਲ ਦਾ ਰੈਜ਼ੀਡੈਂਸ ਹੈ ਲਿਖਿਆ ਹੋਇਆ ਹੈ, ਕਹਿੰਦੇ ਨਲ ਨੋਸਰਪਾਈਜ਼ ਹੈ ਨੋਨ ਇੰਪੋਰਟ ਤੱਕ ਨਲਾ ਸਤੇਸ ਕਮੂਨ ਪਾਤੋ ਕੇ ਰਿਸ ਰਿਜ਼ੁਲ ਤੀਨੋ ਤੁਤੀ ਕੰਮ ਵੀ, ਕਹਿੰਦੇ ਨਹੀਂ ਇੰਪੋਰਟੈਂਟ ਹੈ ਵੀ ਕਿ ਇਸੇ ਕਮੂਨੇ ਵਿੱਚ ਸਾਰੇ 10 ਸਾਲ ਪੂਰੇ ਹੋਣੇ, ਕਿ ਤੁਸੀਂ ਕਿਸੇ ਵੀ ਕਮੂਨੇ 'ਚ ਹੋਵੋ, 10 ਸਾਲ ਤੁਹਾਡੇ ਕਿੰਨੇ ਵੀ ਕਮੂਨੇ ਤੁਸੀਂ ਚੇਂਜ ਕੀਤੇ ਨੇ, 10 ਸਾਲ ਤੁਹਾਡੇ ਮੁਕੰਮਲ ਹੋਣੇ ਚਾਹੀਦੇ ਰੈਜ਼ੀਡੈਂਸ 'ਤੇ, ਠੀਕ ਹੈ। ਅਲਰਾ ਅੱਗੇ ਕਹਿੰਦੇ ਨੇ ਵੀ ਇਹ ਕੋਈ ਹੋਰ ਇੰਪੋਰਟੈਂਟ ਚੀਜ਼ ਹੈ, ਦੇਖੋ ਉਹਨਾਂ ਦੀ ਰਿਕੁਐਸਟ ਸੀ ਫੰਡਾਮੈਂਟਾਲੇ ਨਲਾ ਪ੍ਰੈਜੈਂਟੇਸ਼ਨ ਦਰਵਾਂ ਦਾ, ਕਹਿੰਦੇ ਇੱਕ ਫੰਡਾਮੈਂਟਲ ਬੁਨਿਆਦੀ ਇੱਕ ਚੀਜ਼ ਹੈ ਜਿਹੜੀ ਕਿ ਇਹ ਡਿਮਾਂਡ ਦਾ ਪ੍ਰੈਜੈਂਟੇਸ਼ਨ, ਯਾਨੀ ਕਿ ਡਿਮਾਂਡ ਅਪਲਾਈ ਕਰਨ ਲਈ ਪਰ ਉੱਥੇ ਨੇ ਚਿਤਨਾਜ਼ਾ ਵੀ ਹਾਸਲ ਕਰਨ ਲਈ ਚਿਤਨਾਜ਼ਾ ਸਿਟੀਜ਼ਨਸ਼ਿਪ ਇਟਾਲੀਅਨ, ਠੀਕ ਹੈ। ਇੱਕ ਫੰਡਾਮੈਂਟਲ ਚੀਜ਼ ਹੈ, ਯਾਨੀ ਕਿ ਇੱਕ ਬੁਨਿਆਦੀ ਚੀਜ਼ ਹੈ, ਇਹ ਹੋਣੀ ਚਾਹੀਦੀ ਹੈ।
ਜਦ ਤੁਸੀਂ ਬੁਨਿਆਦ ਹੀ ਨਹੀਂ ਹੈ ਤਾਂ ਫਿਰ ਉੱਥੇ ਮਕਾਨ ਕਿਵੇਂ ਬਣਨਾ, ਫਿਰ ਤੁਹਾਡੀ ਚਿੱਤ ਨਾਜ਼ਾ ਕਿਵੇਂ ਆਉਣੀ ਹੈ? ਜੇ ਕਿਸੇ ਦਾ ਹੋ ਜਾਏ ਵਧੀਆ, ਲੇਕਿਨ ਹਰ ਕਿਸੇ ਦਾ ਤੁੱਕਾ ਨਹੀਂ ਲੱਗਦਾ, ਕਿਉਂਕਿ ਬੇਸਿਕਲੀ ਅੱਗੇ ਵੀ ਬੰਦੇ ਹੀ ਬੈਠੇ ਨੇ। ਜਦ ਤੁਸੀਂ ਇੱਥੋਂ ਆਪਣਾ ਪ੍ਰਾਤੀਕਾ ਭੇਜ ਦਿਓ, ਸਿੱਧਾ ਤੁਹਾਡਾ ਪ੍ਰਾਤੀਕਾ ਰੂਮ ਆ ਜਾਂਦਾ, ਜੇ ਉਹ ਗਲਤੀ ਨਾਲ ਕੋਈ ਤੁਹਾਡੀ ਅੱਗੇ ਫਾਈਲ ਕੱਢ ਦੇਵੇ, ਜੇ ਕਿਸੇ ਦਾ ਨਾਂ ਧਿਆਨ ਪਵੇ ਤਾਂ ਬਣ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਉਹ 100 ਵਿੱਚੋਂ 0.00001% ਬੰਦੇ ਹੁੰਦੇ ਨੇ, ਜੇ ਕਿਸੇ ਦਾ ਹੁੰਦਾ ਵੀ ਹੈ ਤਾਂ। ਠੀਕ ਹੈ, ਇਸ ਵਿੱਚ ਸਾਰੇ ਕਾਨੂੰਨਾਂ ਦੇ, ਸਾਰੇ ਇਟਲੀ ਦੇ ਕਾਨੂੰਨ ਸੇਮ ਹੀ ਨੇ। ਸਹੀ ਤਰੀਕੇ ਨਾਲ ਕੰਮ ਕਰੋ, ਜਿਵੇਂ ਰਿਕੁਆਇਰਮੈਂਟ ਆ ਉਹ ਪੂਰੀ ਕਰੋ। ਅੱਗੇ ਕਹਿੰਦੇ ਨੇ ਤੁਸੀਂ ਜਿਹੜਾ ਜੇ ਤੁਹਾਡਾ ਕੈਂਸਲ ਕਰਨਗੇ ਨਾ, ਕੈਂਸਲ ਕਰਨਾ ਇੱਕ ਫਾਰਟੀ ਹੋਣ ਤਾਂ ਵੈਸੇ ਵੀ ਜਦ ਵੀ ਕਿ ਤੁਸੀਂ ਕੈਂਸਲ ਕਰੋਗੇ ਨਾ ਰਜੈਂਸਾ, ਤੁਹਾਡਾ 1 ਸਾਲ ਤਕਰੀਬਨ ਚੱਲਦਾ ਰਹਿੰਦਾ। ਠੀਕ ਹੈ, ਅਤੇ ਇਹ ਕਹਿੰਦੇ ਨੇ ਕਿ ਤੁਸੀਂ ਆਪਣਾ ਜੇ ਉੱਥੇ ਇਨਫੋਰਮ ਕਰਦੇ, ਯਾਨੀ ਹੁਣ ਤਾਂ ਪਹਿਲੇ ਹੀ ਸਿਸਟਮ ਹੁੰਦਾ ਸੀ, ਅਤੇ ਜਿਹੜਾ ਮਾਲਕ ਉਹ ਜਾ ਕੇ ਤਾਂ ਰਜੈਂਸਾ ਜਾ ਕੇ ਕੈਂਸਲ ਕਰਾ ਦੇਵੇ, ਜਿਹੜਾ ਮਕਾਨ ਮਾਲਕ ਹੈ ਤੁਸੀਂ ਕਿਸੇ ਨਾਲ ਰਹਿੰਦੇ ਹੋਵੇ ਤਾਂ। ਹੁਣ ਸਿਸਟਮ ਇਹ ਹੈ ਕਿ ਤੁਸੀਂ ਜੇ ਰਜੈਂਸਾ ਕਿਸੇ ਨਾਲ ਰੱਖਿਆ ਹੋਇਆ, ਠੀਕ ਹੈ, ਅਤੇ ਜੇ ਬੰਦਾ ਜਾ ਕੇ ਕੈਂਸਲ ਵੀ ਕਰਾਏ ਤਾਂ ਉਹ ਉਸੇ ਟਾਈਮ ਕੈਂਸਲ ਨਹੀਂ ਕਰ ਦਿੰਦੇ ਹੈ ਵੀ। ਠੀਕ ਹੈ, ਉਹ 2-3 ਚੱਕਰ ਲਾਉਂਦੇ ਨੇ ਤੁਹਾਡੇ ਘਰ ਦੇ ਵੀ ਬੰਦਾ ਇੱਥੇ ਰਹਿੰਦਾ ਕਿ ਨਹੀਂ ਰਹਿੰਦਾ, ਬੰਦਿਆਂ ਕੋਲ ਲਿਖਾ ਕੇ ਜਾਂਦੇ ਨੇ ਹਾਂ ਵੀ ਬੰਦਾ ਨਹੀਂ ਰਹਿੰਦਾ ਹੈ, ਵੀ ਬੰਦੇ ਜਿਹੜੇ ਰਹਿੰਦੇ ਉਹਨਾਂ ਨੇ ਉਹ ਦੱਸਦੇ ਨੇ, ਆਂਢੀ ਗੁਆਂਢੀ ਦੱਸਦੇ ਨੇ ਬੰਦਾ ਨਹੀਂ ਰਹਿੰਦਾ ਪਿਆ ਹੈ ਵੀ। 2-3 ਚੱਕਰ ਲਾਉਣਗੇ ਤੁਹਾਡੇ ਘਰ ਦੇ, ਫਿਰ ਜਾ ਕੇ ਕੈਂਸਲ ਕਰਦੇ ਨੇ। ਭਾਵੇਂ ਤੁਸੀਂ ਉਹਨਾਂ ਨੂੰ ਇਨਫੋਰਮ ਵੀ ਕਰੋ ਨਾ ਅਸੀਂ ਨਹੀਂ ਇੱਥੇ ਰਹਿਣਾ, ਉਹ ਵੀ ਫਿਰ ਤੁਹਾਨੂੰ ਉੱਥੇ ਇੱਕ ਨਵਾਂ ਐਡਰੈਸ ਦੇਣਾ ਪੈਣਾ। ਠੀਕ ਹੈ ਜੀ, ਜੇ ਤੁਸੀਂ ਨਹੀਂ ਉਸ ਥਾਂ 'ਤੇ ਰਹਿਣਾ ਹੈ ਵੀ ਜਿੱਥੇ ਤੁਹਾਡਾ ਰੈਜੀਡੈਂਸ ਹੈ, ਅਤੇ ਤੁਹਾਨੂੰ ਫਿਰ ਨਵਾਂ ਐਡਰੈਸ ਦੇਣਾ ਪੈਣਾ। ਠੀਕ ਹੈ, ਆਪਣਾ ਰੈਜੀਡੈਂਸ ਕੈਂਸਲ ਕਰਾਉਣ ਲਈ। ਠੀਕ ਹੈ, ਬੁੱਕ ਕਰਨਾ ਰੈਜੀਡੈਂਸ ਆ, ਜੇ ਤੁਹਾਡੇ ਰੈਜੀਡੈਂਸ ਵਿੱਚ ਮੰਗ ਆਉਣ ਕੁਛ ਮਹੀਨੇ ਟਾਈਮ, ਜਿਵੇਂ ਠੀਕ ਹੈ, ਯਾਨੀ ਕੁਝ ਅਰਸਾ ਕੱਟਿਆ ਰਹਿ ਗਿਆ। ਕਹਿੰਦੇ ਐਕ ਕੋ ਫਿਰ ਕਿ ਕੌਂਸਲਿਆ ਵੀ ਇਸ ਲਈ ਤੁਹਾਨੂੰ ਸਲਾਹ ਦਿੰਦੇ, ਪਹਿਲਾਂ ਚੇਤਾ ਦੀਨ ਇਸ ਤਰ੍ਹਾਂ ਨਹੀਂ ਰਹੀ, ਜਿਹੜੇ ਗੈਰ ਮੁਲਕੀ ਨੇ ਕਮਿਊਨੀਕਾਰ ਫੀਚੋ ਨੇ ਗ੍ਰਾਫਿਕ ਉਨੀ ਵਰੇਸ਼ੀਓ ਨੇ ਦੀ ਦਮਚੀ ਲਿਓ। ਹਰ ਵਾਰੀ ਜਦੋਂ ਤੁਹਾਡੀ ਬਦਲਾਓ ਤਬਦੀਲੀ ਆਉਂਦੀ ਦਮਚੀ ਲਿਓ ਵਿੱਚ, ਤੁਸੀਂ ਉਹਦਾ ਇਨਫੋਰਮ ਕਰੋ ਓਫੀਚੋ ਨਾ ਗ੍ਰਾਫੀ ਨੂੰ। ਠੀਕ ਹੈ, ਯਾਨੀ ਕਿ ਆਪਣੇ ਕੋਲ ਨੂੰ ਇਨਫੋਰਮ ਕਰੋ ਐਵੀਤਾਰੀ ਦੀ ਐਸਰੇ ਕੰਚਲਾਤੋ ਦਲਾ ਪੋਪਲਾਜ਼ੀਓਨੇ ਰੈਜੀਡੈਂਸ ਇਬੋਕੋ ਦੀ ਰੈਜੀਡੈਂਸ ਆ ਵੀ, ਤੁਸੀਂ ਬਚ ਸਕੋ ਤੁਸੀਂ ਆਪਣੇ ਰੈਜੀਡੈਂਸ ਤੋਂ ਕੈਂਸਲ ਹੋ ਰਹਿਣ ਤੋਂ। ਠੀਕ ਹੈ, ਵੀ ਇਹਨਾਂ ਤੁਹਾਡਾ ਜਿਹੜੇ ਕਹਿੰਦੇ ਨੇ ਕਿ ਉਹ ਯਾਰ ਮੇਰਾ 2 ਸਾਲ 6 ਮਹੀਨੇ ਤਾਂ ਕੱਟਿਆ ਗਿਆ ਵਿੱਚੋਂ, ਠੀਕ ਹੈ, ਉਸ ਚੀਜ਼ ਤੋਂ ਤੁਸੀਂ ਬਚ ਸਕੋ। ਯਾਨੀ ਕਿ ਇਹ ਤੁਹਾਨੂੰ ਕਮਿਊਨੀਕੇਸ਼ਨ ਆਪੇ ਕਰਨੀ ਚਾਹੀਦੀ ਹੈ ਤੁਹਾਡੇ, ਤੁਸੀਂ ਜਦ ਰੈਜੀਡੈਂਸਾਂ ਚੇਂਜ ਕਰਦੇ ਹੋ ਆਪਣਾ ਪੁਰਾਣੇ ਥਾਂ 'ਤੇ ਪੁਰਾਣੇ ਕਮੂਨੇ ਜਾਓ, ਉੱਥੇ ਜਾ ਕੇ ਤਾਂ ਆਪਣਾ ਇਨਫੋਰਮ ਕਰਕੇ ਅਸੀਂ ਫਲਾਂ ਕਮੂਨੇ 'ਚ ਸਪੋਸਤਾਰੇ ਹੋ ਗਏ ਹਾਂ, ਅਤੇ ਆਪਣਾ ਨਵਾਂ ਐਡਰੈਸ ਵਗੈਰਾ ਉਹਨਾਂ ਦਿਓ। ਠੀਕ ਹੈ, ਚਿਤਨਾਜ਼ਾ ਇਤਾਲੀਆਨਾ, ਬਾਅਦ ਵਿੱਚ ਚਿਤਨਾਜ਼ਾ ਇਤਾਲੀਆਨਾ ਅਪਲਾਈ ਕਰਨ ਤੋਂ ਬਾਅਦ ਬੋਲਤਾ ਇੰਤਰੋਤਾ ਜਮਾਂਦਾ ਚਿਤਨਾਜ਼ਾ ਏ ਇਨ ਅਲਤਰਾਤਾ ਚਿਤਨਾਜ਼ਾ ਜਮਾਂਦਾ ਕੂਰੇ ਕਮਿਊਨੀਕਾਰ ਲਾ ਪਰਫਤੂਰਾ ਪਰ ਕੰਪੀਟੈਂਸਾ ਦੀ ਇਵੈਂਟੁਆਲੀ ਕੌਂਬੀ ਦੀ ਰੈਜੀਡੈਂਸਾ। ਕਹਿੰਦੇ ਨੇ ਫਿਰ ਤੁਸੀਂ ਕਮਿਊਨੀਕੇਸ਼ਨ ਕਰਨੀ ਪਰਫਤੂਰੇ ਨਾਲ ਵੀ, ਜੇ ਤੁਸੀਂ ਕੋਈ ਚੇਂਜਿੰਗ ਕਰਦੇ ਹੋ ਰੈਜੀਡੈਂਸੀ ਵਿੱਚ, ਤਾਂ ਅਫੀਨੀ ਦੇ ਵਿੱਚ ਇਹ ਵੀ ਰਿਹਾ ਕੁਰੇਤਾਮੈਂਤ ਕਮਿਊਨੀਕੇਸ਼ਨ ਇਵੈਂਟੁਆਲੀ ਡਾਕੂਮੈਂਟ ਮੰਕਾਤੀ। ਕਹਿੰਦੇ ਨੇ ਇਹਦੇ ਲਈ ਕਹਿੰਦੇ ਕਿ ਜਦ ਤੁਸੀਂ ਰੈਜੀਡੈਂਸੀ ਅਪਲਾਈ ਕਰ ਸਕੀਏ, ਤਾਂ ਤੁਸੀਂ ਕਮੂਨ ਨੂੰ ਵੀ ਇਨਫੋਰਮ ਕਰਨਾ, ਕਮਿਊਨੀਕੇਸ਼ਨ ਕਰਨੀ ਉਹਨਾਂ ਨਾਲ, ਜੇ ਇਨਕੇਸ ਜੇ ਤੁਸੀਂ ਰੈਜੀਡੈਂਸ ਅਪਲਾਈ ਵਗੈਰਾ ਜੇ ਰੈਜੀਡੈਂਸ ਚੇਂਜ ਕਰਦੇ ਹੋ ਤਾਂ। ਠੀਕ ਹੈ, ਜੇ ਤੁਸੀਂ ਕੋਈ ਵੀ ਰੈਜੀਡੈਂਸ ਵਗੈਰਾ ਚੇਂਜ ਕਰੋਗੇ ਤਾਂ ਤੁਸੀਂ ਕਿਹਦੀ ਕਰਨਾ, ਕਮੂਨ ਨੂੰ ਵੀ ਸੋਰੀ ਪਰਫਤੂਰੇ ਨੂੰ ਵੀ ਦੱਸਣਾ ਕਿ ਜੇ ਉਹ ਕੋਈ ਕਮਿਊਨੀਕੇਸ਼ਨ ਕਰਦੇ ਤੁਹਾਡੇ ਨਾਲ ਕੋਈ ਲੈਟਰ ਵਗੈਰਾ ਭੇਜਦੇ ਨੇ ਤਾਂ ਉਹ ਤੁਹਾਨੂੰ ਕਰੈਕਟਲੀ ਤੁਹਾਡੇ ਕੋਲ ਪਹੁੰਚ ਸਕੇ। ਠੀਕ ਹੈ, ਅਦਰਾ ਇਹ ਸੀ ਅੱਜ ਦੀ ਗੱਲਬਾਤ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ, ਅਤੇ ਅੱਗੇ ਪਿੱਛੋਂ ਆਉਂਦੀਆਂ ਜਾਂਦੀਆਂ ਖਬਰਾਂ ਨੂੰ ਸੁਣ ਕੇ ਅਤੇ ਉਸ ਲਈ ਸੱਚ ਨਹੀਂ ਮੰਨਣਾ ਚਾਹੀਦਾ। ਰੱਬ ਦੀ ਆਵਾਜ਼ ਵੀ ਕਹਿੰਦੀ ਹੈ ਕਿ ਤੁਸੀਂ ਕੋਈ ਵੀ ਖਬਰ ਸੁਣੋ ਅਤੇ ਉਹਨੂੰ ਮਨ ਨਾਲ ਉਹ ਵੈਰੀਫਾਈ ਕਰੋ। ਠੀਕ ਹੈ, ਇਹ ਤੁਹਾਡੇ ਕੋਲ ਸਾਈਡ ਹੈ chetadinanza.biz, ਔਨਲਾਈਨ ਗੂਗਲ 'ਤੇ ਸਰਚ ਕਰੋ, ਟ੍ਰਾਂਸਲੇਸ਼ਨ ਕਰੋ ਔਰ ਆਪੂ ਚੀਜ਼ਾਂ ਨੂੰ ਸਮਝੋ। ਲਿਖੋ ਤੁਸੀਂ ਚਿਤਾਨਾਜ਼ਾ ਅੱਗੇ ਦੀ ਚਾਨੀ ਰੈਜੀਡੈਂਸ ਆ ਲਿਖ ਲਓ, ਅਤੇ ਤੁਹਾਨੂੰ ਆਸਾਨੀ ਨਾਲ ਇਹ ਸਾਈਡਾਂ ਮਿਲ ਜਾਣਗੀਆਂ, ਤੁਸੀਂ ਆਨਲਾਈਨ ਸਰਚ ਕਰਕੇ ਟ੍ਰਾਂਸਲੇਸ਼ਨ ਕਰਕੇ ਆਸਾਨੀ ਨਾਲ ਚੀਜ਼ਾਂ ਨੂੰ ਸਮਝ ਸਕਦੇ ਹੋ। ਠੀਕ ਹੈ ਜੀ,
ਅਤੇ ਉਮੀਦ ਕਰਨਾ ਹੈਲਪਫੁਲ ਹੋਵੇਗੀ ਵੀਡੀਓ ਥੋੜ੍ਹੀ ਲੰਬੀ ਹੋ ਗਈ ਹੈ, ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ, ਰੱਬ ਰੱਖਾਂ।